ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਮੂਹ ਗੁਰਸੰਗਤਾਂ ਦੇ ਪਾਵਨ ਚਰਨਾਂ ਨੂੰ ਬੇਨਤੀ ਕਰਾਂ, ਅੱਜ ਦਰਬਾਰ ਸੰਪਰਦਾਇ ਸੰਤ ਆਸ਼ਰਮ ਲੋਪੋ ਸਾਹਿਬ ਵੱਲੋਂ ਸਵਾਮੀ ਸੰਤ ਦਰਬਾਰਾ ਸਿੰਘ ਜੀ ਮਹਾਰਾਜ ਲੋਪੋ ਵਾਲੇ ਉਹਨਾਂ ਦੀ ਦਰਸਾਈ ਹੋਈ ਮਰਜ਼ਾਦਾ ਨੂੰ ਅਗਰ ਭਾਵ ਰੱਖਦਿਆਂ, ਸਵਾਮੀ ਸੰਤ ਜੋਰਾ ਸਿੰਘ ਜੀ ਮਹਾਰਾਜ ਉਹਨਾਂ ਦੇ ਪ੍ਰਵਚਨਾਂ 'ਤੇ ਪੁਸ਼ਪ ਚਾੜ੍ਹਦਿਆਂ, ਗੁਰੂ ਨਾਨਕ ਨਾਮ ਲੇਵਾ ਸਮੂਹ ਗੁਰਸੰਗਤਾਂ ਵੱਲੋਂ 3 ਦਰਬਾਰ ਧਾਰਨ ਨੌਰੀ ਦੀਵਾਨ ਰੱਖੇ ਗਏ ਆ। ਗੁਰੂ ਨਾਨਕ ਪਾਤਸ਼ਾਹ ਨਿਰੰਕਾਰ ਪਰਮੇਸ਼ਰ ਗੁਰੂ ਮਹਾਰਾਜ ਨੇ ਜੋ ਸਾਨੂੰ ਮਰਜ਼ਾਦਾ ਚਲਾਈ ਹੈ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 10ਵੇਂ ਗੁਰੂ ਪੰਥ ਦੇ ਬਾਨੀ ਸਰਬੰਸ ਦਾਨੀ ਗੁਰੂ, ਗੁਰੂ ਜੀ ਦੀ ਅਪਾਰ ਕਿਰਪਾ ਮਿਹਰ ਦੇ ਨਾਲ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਜੀ ਦੀ ਛਤਰ ਛਾਇਆ ਹੇਠ ਇਹ ਸਮਾਗਮ ਹੋ ਰਹੇ ਆ। ਇਹ ਸਾਲਾਨਾ ਸਮਾਗਮ ਹੈ, ਤਕਰੀਬਨ 50 ਸਾਲ ਤੋਂ ਇਹ ਸਮਾਗਮ ਚੱਲ ਰਹੇ ਨੇ। ਗੁਰਸੰਗਤ ਜੀ ਬੇਨਤੀ ਕਰ, ਇਹਨਾਂ ਸਮਾਗਮਾਂ ਦਾ ਮਕਸਦ ਹੈ ਗੁਰੂ ਬਾਣੀ ਨਾਲ ਗੁਰਸੰਗਤਾਂ ਨੂੰ ਜੋੜਨਾ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਲੜ ਲਾਉਣਾ। ਸਾਡਾ ਜਿਹੜਾ ਜੀਵਨ ਹੈ, ਸਾਡਾ ਜੀਵਨ ਦਾ ਮਕਸਦ ਕੀ ਹੈ, ਮਨੁੱਖ ਨੂੰ ਕੈਸੇ ਕਾਰਜ ਕਰਨੇ ਚਾਹੀਦੇ ਹੈ, ਗੁਰੂ ਦਾ ਜਿਹੜਾ ਹੁਕਮ ਆ ਉਹਨੂੰ ਮੰਨੀਦਾ ਕਿਵੇਂ ਹੈ, ਹੁਕਮ ਦੇ ਵਿੱਚ ਰਹਿਣਾ ਕਿਵੇਂ ਹੈ, ਕਾਰ ਕਿਵੇਂ ਕਰਨੀ ਹੈ, ਜਿਹੜੀ ਕਿਰਤ ਕਮਾਈ ਹੈ ਉਹ ਸਫਲ ਕਿਵੇਂ ਹੋ ਸਕਦੀ ਹੈ, ਮਨੁੱਖਾ ਜਨਮ ਦਾ ਅਸਲੀਅਤ ਲਾਹਾ ਕਿਵੇਂ ਲੈ ਸਕਦੇ ਹਾਂ, ਕਿਉਂਕਿ ਗੁਰੂ ਮਹਾਰਾਜ ਨੇ ਸਾਰੇ ਦਾ ਸਾਰਾ ਮਕਸਦ ਇੱਕ ਸ਼ਬਦ ਵਿੱਚ ਬਖਸ਼ਿਸ਼ ਕਰਤਾ, ਭਈ ਪ੍ਰਾਪਤ ਮਾਨੁੱਖ ਦੇਹਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ, ਅਵਰ ਕਾਜ ਤਰਕਤੇ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ। ਹੇ ਮਨੁੱਖ, ਜਿਹੜਾ ਤੈਨੂੰ ਜੀਵਨ ਮਿਲਿਆ, ਆ ਸੰਸਾਰ ਦੇ ਕੰਮ ਚੱਲਦੇ ਰਹਿਣੇ ਆ ਤੇ ਚੱਲੀ ਜਾਂਦੇ ਆ ਤੇ ਚੱਲਦੇ ਆਏ ਆ। ਇਹ ਸੰਸਾਰ ਦਾ, ਕਿਉਂਕਿ ਮਾਇਆ ਵੀ ਦੁਨੀਆ, ਸੰਸਾਰ ਦੀ ਮਾਇਆ ਨੇ ਸੰਸਾਰ 'ਚ ਰਹਿ ਜਾਣਾ, ਤੇਰੇ ਨਾਲ ਜਾਣ ਵਾਲਾ ਧਨ ਹੈ, ਨਾਮ ਹੈ, ਸ਼ੁਭ ਕਰਮ ਨੇ। ਵਾਹਿਗੁਰੂ ਦੀ ਸ਼ਰਨ ਦੇ ਵਿੱਚ ਆ, ਸਾਧੂਆਂ ਦੀ ਸੰਗਤ ਕਰ, ਸੰਗਤ ਦੇ ਵਿੱਚ ਸ਼ਾਮਿਲ ਹੋ, ਸੇਵਾ ਸਤਸੰਗ ਦਾਨ ਤੇ ਨਾਮ ਚਾਰ ਪਦਾਰਥ ਨੇ, ਇਹਨਾਂ ਦੀ ਪ੍ਰਾਪਤੀ ਕਰ। ਚਾਰ ਕਰਮ ਸਾਨੂੰ ਗੁਰੂ ਨਾਨਕ ਮਹਾਰਾਜ ਨੇ ਬਖਸ਼ਿਸ਼ ਕਰੇ, ਕਿਰਤ ਕਰੋ, ਵੰਡ ਕੇ ਛਕੋ, ਨਾਮ ਜਪੋ ਔਰ ਸਰਬੱਤ ਦਾ ਭਲਾ। ਇਹ ਗੁਰੂ ਪਿਆਰੀ ਗੁਰਸੰਗਤ ਜੀ, ਇਹ ਸਾਰਾ ਸੰਦੇਸ਼ ਇਹਨਾਂ ਬਚਨਾਂ ਦੇ ਵਿੱਚ ਹੀ ਹੈ। ਜਿਹੜਾ ਜੀਵ ਗੁਰੂ ਦੇ ਬਚਨ 'ਤੇ ਕਮਾਈ ਕਰਦਾ ਉਹਨੂੰ ਕਮਾ ਲੈਂਦਾ, ਗੁਰੂ ਦੇ ਹੀ ਸ਼ਰਨ ਵਿੱਚ ਰਹਿੰਦਾ, ਗੁਰੂ ਦੀ ਆਗਿਆ ਦਾ ਪਾਲਣ ਕਰ ਲੈਂਦਾ, ਉਹ ਗੁਰੂ ਦਾ ਸੱਚਾ ਸਿੱਖ ਬਣ ਜਾਂਦਾ, ਸੱਚਾ ਸੇਵਕ ਬਣ ਜਾਂਦਾ, ਗੁਰੂ ਜੀ ਉਹਨੂੰ ਖਾਲਸਾ ਰੂਪ ਬਖਸ਼ਿਸ਼ ਕਰ ਦਿੰਦੇ ਨੇ, ਉਹਨੂੰ ਸੰਤਾਂ ਵਾਲਾ ਮਹਾਂਪੁਰਸ਼ਾਂ ਵਾਲਾ ਜੀਵਨ ਪ੍ਰਾਪਤ ਹੋ ਜਾਂਦਾ, ਕਿਉਂਕਿ ਰੱਬੀ ਗੁਣਾਂ ਦੇ ਖਜ਼ਾਨੇ ਜਦੋਂ ਦਾਤਾਂ ਦੇ ਰੂਪ ਵਿੱਚ ਦਿੰਦਾ ਤਾਂ ਫਿਰ ਸਾਰੀਆਂ ਬਖਸ਼ਿਸ਼ਾਂ ਪ੍ਰਾਪਤ ਹੋ ਜਾਂਦੀਆਂ ਨੇ। ਸੋ ਇਸ ਲਈ ਗੁਰਸੰਗਤ ਜੀ, ਇਹ ਦਰਬਾਰ ਧਾਰਮਿਕ ਨੂਰੀ ਦੀਵਾਨ ਸਜੇ ਹੈ, ਇਹਨਾਂ ਵਿੱਚ ਸ਼ਾਮਿਲ ਹੋਵੋ, ਕਿਉਂਕਿ ਇਹ 3 ਦੀਵਾਨ ਨੇ, ਦਾਣਾ ਮੰਡੀ ਅਰੋੜਾ ਪੈਲਸ ਸਿਨਮੇ ਦੇ ਵਿੱਚ ਬੈਕ ਸਾਈਡ 'ਤੇ ਹੈ, ਔਰ ਅੱਜ ਪਹਿਲਾ ਦੀਵਾਨ ਸਜ ਰਿਹਾ ਹੈ, ਕੱਲ੍ਹ ਨੂੰ ਦੂਸਰਾ ਦੀਵਾਨ ਔਰ ਤੀਸਰਾ ਦੀਵਾਨ ਹੋਵੇਗਾ। ਸੋ ਸਾਰੀ ਗੁਰਸੰਗਤ ਨੂੰ ਬੇਨਤੀ ਹੈ, ਇਹਦੇ ਵਿੱਚ ਸ਼ਾਮਿਲ ਹੋਈਏ, ਸੇਵਾ ਕਰੀਏ, ਸਤਸੰਗ ਕਰੀਏ, ਪੁੰਨ ਦਾਨ ਅਤੇ ਨਾਮ, ਇਹ ਬਖਸ਼ਿਸ਼ਾਂ ਗੁਰੂ ਦੀਆਂ ਨੇ, ਇਹ ਪ੍ਰਾਪਤੀਆਂ ਕਰੋ। ਔਰ ਸਾਰੀ ਸੰਗਤ ਨੂੰ ਬੇਨਤੀ ਹੈ, ਆਪਣੇ ਬੱਚਿਆਂ ਨੂੰ ਚੰਗੀ ਸਿੱਖਿਆ ਦਿਓ ਤਾਂ ਕਿ ਅਸੀਂ ਨਸ਼ਿਆਂ ਤੋਂ ਬਚ ਸਕੀਏ ਔਰ ਆਪਣੇ ਜੀਵਨ ਦਾ ਆਨੰਦ ਲਈਏ, ਲਾਹਾ ਲਈਏ, ਔਰ ਸਾਡੇ ਜੀਵਨ ਦਾ ਜਿਹੜਾ ਮਕਸਦ ਹੈ ਉਹ ਪ੍ਰਾਪਤ ਹੋਵੇਗਾ ਤਦ ਹੀ। ਗੁਰੂ ਨਾਨਕ ਪਾਤਸ਼ਾਹ ਕਹਿੰਦੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਸੋ ਨਾਮ ਦੇ ਨਾਲ ਚੜ੍ਹਦੀ ਕਲਾ ਦੇ ਵਿੱਚ ਰਹਿ ਕੇ ਔਰ ਬੰਦਗੀ ਕਰਕੇ ਅਤੇ ਸਰਬੱਤ ਦੇ ਭਲੇ ਦੇ ਨਾਲ ਇਹ ਜੀਵਨ ਦੇ ਕਰਮ ਹੋਣੇ ਨੇ। ਸੋ ਆਓ ਇਹਦੇ ਵਿੱਚ ਸ਼ਾਮਿਲ ਹੋ ਕੇ ਗੁਰੂ ਨਾਨਕ ਪਾਤਸ਼ਾਹ ਦੇ ਦਰਬਾਰ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ। ਦਾਸ ਦਰਬਾਰ ਸੰਪਰਦਾਇ ਸੰਤ ਆਸ਼ਰਮ ਲੋਪੋ ਸਾਹਿਬ ਵੱਲੋਂ
ਸਮੂਹ ਗੁਰਸੰਗਤ ਲੁਧਿਆਣਾ ਸ਼ਹਿਰ ਦੀ ਵੱਲੋਂ ਜੀਓ ਆਇਆਂ ਸਾਰੀ ਗੁਰਸੰਗਤ ਨੂੰ ਔਰ ਸਾਰੀ ਗੁਰਸੰਗਤ ਦਾ ਤਹਿ ਦਿਲੋਂ ਧੰਨਵਾਦ। 3 ਦਿਨ ਸਮਾਗਮ ਵਿੱਚ ਸ਼ਾਮਿਲ ਹੋ ਕੇ ਖੁਸ਼ੀਆਂ ਪ੍ਰਾਪਤ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਦੇਸ਼ ਤਾਂ ਨਹੀਂ ਮੈਂ ਦੇਊਂਗਾ, ਮੈਂ ਬੇਨਤੀ ਕਰੂੰਗਾ। ਗੁਰੂ ਪਿਆਰਿਓ, ਸਾਡੇ ਲਈ ਸਾਰਿਆਂ ਤੋਂ ਵੱਡੀ ਸ਼ਕਤੀ ਧੰਨ ਗੁਰੂ ਗ੍ਰੰਥ ਸਾਹਿਬ ਹੈ। ਸਾਡੇ ਹਿਰਦਿਆਂ ਦੇ ਵਿੱਚ ਅਥਾਹ ਗੁਰੂ ਮਹਾਰਾਜ ਦਾ ਸਨਮਾਨ ਹੋਣਾ ਚਾਹੀਦਾ। ਹਰ ਇੱਕ ਮਨੁੱਖ ਦਾ ਫਰਜ਼ ਬਣਦਾ ਵੀ ਸੱਚੇ ਦਿਲੋਂ ਗੁਰੂ ਮਹਾਰਾਜ ਦਾ ਸਨਮਾਨ ਕਰੀਏ। ਔਰ ਜਿਹੜੇ ਲੋਕ ਗੁਰੂ ਮਹਾਰਾਜ ਦਾ ਨਿਰਾਦਰ ਕਰਦੇ ਨੇ, ਵੈਸੇ ਤਾਂ ਉਹ ਗੁਰੂ ਮਹਾਰਾਜ ਦੇ ਘਰੋਂ ਧਰਕਾਰੇ ਹੋਏ ਲੋਕ ਆ, ਕਿਉਂਕਿ ਜਿਹੜੇ ਬੰਦੇ 'ਤੇ ਗੁਰੂ ਦੀ ਕਿਰਪਾ ਵਾ ਉਹ ਤਾਂ ਇਨਸਾਨੀਅਤ ਦੇ ਨਾਲ ਵੀ ਪਿਆਰ ਕਰਦਾ। ਜਿਹੜਾ ਮਨੁੱਖ ਗੁਰੂ ਨਾਲ ਨਹੀਂ ਪਿਆਰ ਕਰਦਾ, ਉਹ ਮਨੁੱਖ ਤਾਂ ਆਪਣੇ ਜੀਵਨ ਦਾ ਸਾਰਾ ਕੁਝ ਹਾਰ ਚੁੱਕਿਆ। ਇਸ ਲਈ ਮੇਰੀ ਤਾਂ ਇੱਕੋ ਹੀ ਬੇਨਤੀ ਹੈ ਬਈ ਸਮਾਜ ਦੇ ਵਿੱਚ ਸ਼ਾਂਤੀ ਰੱਖ ਕੇ ਚੱਲਣੀ ਚਾਹੀਦੀ ਹੈ। ਗੁਰੂ ਦਾ ਆਦਰ ਸਨਮਾਨ ਸਭ ਨੂੰ ਕਰਨਾ ਚਾਹੀਦਾ, ਅਤੇ ਜਿਹੜੇ ਲੋਕ ਗੁਰੂ ਮਹਾਰਾਜ ਦਾ ਨਿਰਾਦਰ ਕਰਦੇ ਆ ਉਹ ਸਜ਼ਾ ਦੇ ਹੱਕਦਾਰ ਆ, ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ। ਇਹ ਸਾਡਾ ਸਾਰਿਆਂ ਦਾ ਇਹੀ ਤਹੱਈਆ ਵਾ, ਅਤੇ ਗੁਰੂ ਮਹਾਰਾਜ ਮੂਹਰੇ ਬੇਨਤੀ ਕਰ ਸਕਦੇ ਵੀ ਸੱਚੇ ਪਾਤਸ਼ਾਹ ਕਿਰਪਾ ਕਰੋ, ਸਾਨੂੰ ਸਮੱਤ ਦਿਓ, ਰਹਿਮਤ ਕਰੋ, ਪੰਜਾਬ ਨੂੰ ਖੁਸ਼ੀਆਂ ਖੇੜਿਆਂ ਦੇ ਵਿੱਚ ਰੱਖੋ, ਸਾਰਾ ਸੰਸਾਰ ਸੁੱਖ ਸ਼ਾਂਤੀ ਦੇ ਵਿੱਚ ਰਹੇ। ਅਤੇ ਸਾਰੇ ਲੋਕਾਂ ਦਾ ਫਰਜ਼ ਬਣਦਾ, ਚਾਹੇ ਕਿਸੇ ਸੰਪਰਦਾਇ ਨਾਲ ਸੰਬੰਧ ਰੱਖਦਾ ਜਾਂ ਕਿਸੇ ਰਾਜਨੀਤਿਕ ਪਾਰਟੀ ਦੇ ਨਾਲ ਸੰਬੰਧ ਰੱਖਦਾ ਜਾਂ ਕਿਸੇ ਮਨੁੱਖ ਦਾ ਕੋਈ ਵੀ ਆਪਣਾ ਪੱਖ ਹੈ ਜੀਵਨ ਦਾ, ਕੋਈ ਬਿਜ਼ਨਸਮੈਨ ਹੈ, ਕੋਈ ਕਿਰਤ ਕਮਾਈ ਦਿਹਾੜੀ ਦੱਪਾ ਕਰਦਾ, ਕੋਈ ਖੇਤੀ ਕਰਦਾ ਔਰ ਕੋਈ ਨੌਕਰੀ ਪੇਸ਼ਾ, ਸਾਡਾ ਸਾਰਿਆਂ ਦਾ ਗੁਰੂ ਸਾਂਝਾ ਵਾ। ਗੁਰੂਆਂ ਦਾ ਸਨਮਾਨ ਸਭ ਨੂੰ ਕਰਨਾ ਚਾਹੀਦਾ। ਇੱਥੇ ਆ ਕੇ ਰਾਜਨੀਤੀ ਤੋਂ ਉੱਪਰ ਉੱਠਣਾ ਚਾਹੀਦਾ, ਕਿਉਂਕਿ ਰਾਜਨੀਤੀ ਤਾਂ ਕੁਛ ਵੀ ਹੈ ਨਹੀਂ ਗੀ। ਜੇ ਗੁਰੂ ਮਹਾਰਾਜ ਕਿਰਪਾ ਕਰਨ, ਸਾਰੀਆਂ ਬਖਸ਼ਿਸ਼ਾਂ ਉਹਨੇ ਦੇਣੀਆਂ। ਸਾਰੇ ਲੋਕਾਂ ਨੂੰ ਚਾਹੀਦਾ ਵੀ ਗੁਰੂ ਨੂੰ ਸਮਰਪਿਤ ਹੋ ਕੇ ਆਪਾਂ ਜੀਵਨ ਦਾ ਕਰਮ, ਇਹ ਬੇਨਤੀ ਆ, ਕੋਈ ਸੰਦੇਸ਼ ਨਹੀਂ ਗਾ। ਇਸ ਲਈ ਗੁਰੂ ਨਾਨਕ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ 'ਤੇ ਕਿਰਪਾ ਕਰਨ, ਸਾਨੂੰ ਸਾਰਿਆਂ ਨੂੰ ਸਮੱਤ ਦੇਣ, ਅਤੇ ਅਸੀਂ ਹਮੇਸ਼ਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਚਰਨਾਂ ਦੇ ਵਿੱਚ ਆਪਣਾ ਮਸਤਕ ਰੱਖਦੇ ਰਹੀਏ, ਗੁਰੂ ਬਾਣੀ ਨੂੰ ਸਮਰਪਿਤ ਹੋਈਏ, ਕਿਉਂਕਿ ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ, ਬਾਣੀ ਅੰਮ੍ਰਿਤ ਸਾਰੇ, ਗੁਰੂ ਬਾਣੀ ਕਹੈ ਸੇਵਕ ਜਨ ਮੰਨੈ, ਪ੍ਰਤੱਖ ਗੁਰੂ ਨਿਸ਼ ਤਾਰੈ। ਇਹ ਪ੍ਰਤੱਖ ਗੁਰੂ ਨੇ, ਬਾਣੀ ਗੁਰੂ ਦੀ ਹੈ, ਇਹਦਾ ਇੱਕ ਇੱਕ ਬਚਨ ਸੁਣਨਾ ਚਾਹੀਦਾ ਅਤੇ ਮੰਨਣਾ ਚਾਹੀਦਾ। ਅਤੇ ਜੇ ਅਸੀਂ ਨਿਸ਼ਚੇ ਦੇ ਨਾਲ ਇਹਦੀ ਸੇਵਾ ਕਰਾਂਗੇ, ਗੁਰੂ ਬਾਣੀ ਨੂੰ ਸਮਰਪਿਤ ਹੋਵਾਂਗੇ, ਤਰ ਜਾਂਗੇ, ਅਤੇ ਚਾਹੇ ਭਵ ਸਾਗਰ 'ਚ ਡੁੱਬੇ ਤਾਂ ਹੈਗੇ ਹੀ ਹਾਂ, ਡੁੱਬ ਜਾਂਗੇ। ਇਸ ਲਈ ਸਾਨੂੰ ਸਾਰਿਆਂ ਨੂੰ ਗੁਰੂਆਂ ਦਾ ਸਨਮਾਨ ਸਤਿਕਾਰ ਕਰਨਾ ਚਾਹੀਦਾ। ਲੋਪੋ ਸੰਪਰਦਾਇ ਹਮੇਸ਼ਾ ਗੁਰੂ ਬਾਣੀ ਨੂੰ, ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਸਮਰਪਿਤ ਹੈ, ਅਤੇ ਅਸੀਂ ਹਮੇਸ਼ਾ ਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਸਮਰਪਿਤਾਂ 'ਤੇ ਰਵਾਂਗੇ, ਅਤੇ ਗੁਰੂ ਕਿਰਪਾ ਕਰਨ ਆਪਣੇ ਬਣਾ ਕੇ ਰੱਖਣ। ਇਹਨਾਂ ਸ਼ਬਦਾਂ ਨਾਲ ਸਾਰੀ ਗੁਰਸੰਗਤ ਨੂੰ ਬੇਨਤੀ ਹੈ ਬਈ ਪਿਆਰਿਓ, ਸ਼ਾਂਤੀ ਦੇ ਨਾਲ, ਪ੍ਰੇਮ ਭਾਵਨਾ, ਏਕਤਾ ਅਥਵਾਕ ਦੇ ਨਾਲ ਆਪਾਂ ਗੁਰੂ ਮਹਾਰਾਜ ਦਾ ਸਨਮਾਨ ਕਰੀਏ, ਗੁਰੂ ਨੂੰ ਸਮਰਪਿਤ ਰਹੀਏ। ਇਹਨਾਂ ਬੇਨਤੀਆਂ ਨੂੰ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿ ਫਤਿਹ।